ਟ੍ਰੇਲਰ ਆ ਤੇ ਖਾਸ ਕਰਕੇ ਇਹਨਾਂ ਦੀ ਜੋੜੀ ਤਰਸੇਮ ਤੇ ਸਾਰੇ ਵੇਖੇ ਵੀ ਆ ਕਿ ਮੇਰੇ ਵੱਲ ਵੇਖੀ ਜਾਂਦੇ ਉਹ ਵੀ ਹਾਊਸ ਦਾ ਜੋਸ਼ ਦੱਸ ਯਾਰ ਹਾਈ ਸਰ ਹਾਈ ਸਰ ਹਾਈ ਬਹੁਤ ਵਧੀਆ ਗਾਣੀ ਤਿੱਕੜੀ ਇਕੱਠੀ ਹੋ ਯਾਰ ਕਿਵੇਂ ਦਾ ਲੱਗ ਰਿਹਾ ਕੂਰੇ ਪਿੰਨੇ ਨਹੀਂ ਮੇਰੇ ਭਰਾ ਮੇਰੇ ਲਈ ਸਪੈਸ਼ਲ ਆਇਆ ਜੱਸੀ ਇਹਦੀ ਹਿੰਦੀ ਫਿਲਮ ਦਾ ਸ਼ੂਟ ਚੱਲਦਾ ਤੇ ਉੱਥੋਂ ਸਪੈਸ਼ਲ ਬੁਲਾਇਆ ਇਹਨੂੰ ਤੇ ਇਹਨੂੰ ਲੁਧਿਆਣੇ ਤੋਂ ਬੁਲਾਇਆ ਬਹੁਤ ਔਖਾ ਆ ਲੁਧਿਆਣੇ ਤੋਂ ਬਹੁਤ ਔਖਾ ਪ੍ਰਭ ਬਹੁਤ ਔਖਾ ਆ ਰੇਸ਼ਮ ਇਹ ਸਾਰੇ ਪੁਰਾਣੇ ਬੇਲੀ ਆ ਪੁਰਾਣੇ ਸੱਜਣ ਆ ਸਾਡਾ ਅਤੇ ਸਾਰਿਆਂ ਦਾ ਵੈਲਕਮ ਹੁਣ ਅੱਜ ਫਿਲਮ ਵੇਖਾਂਗੇ ਇਕੱਠੇ ਜੀ ਭਾਜੀ ਜੀ ਜੀ ਨਹੀਂ ਵੀਰੇ ਸਾਡਾ ਤਾਂ ਫੰਡਾ ਹੀ ਇਹ ਸੀਗਾ ਸ਼ੁਰੂ ਤੋਂ ਜਦੋਂ ਅਸੀਂ ਚੰਡੀਗੜ੍ਹ ਆਏ ਹਾਂ ਇਹਨਾਂ ਨੂੰ ਯਾਦ ਆ ਖੰਡਾਓ ਇਹ ਬਹੁਤ ਗੱਲ ਆਉਂਦੀ ਹੈ ਇਹਨੂੰ ਪਰ ਨਹੀਂ ਰਿਸ਼ਤੇਦਾਰੀ ਚ ਜਾਣਾ ਜੇਬ ਭਰ ਕੇ ਲਿਆਂਦਾ ਸੀ ਨਮਕੀਨ ਦੀ ਨਹੀਂ ਬਟ ਸੀਰੀਅਸਲੀ ਬੜੀ ਖੁਸ਼ੀ ਹੁੰਦੀ ਹੈ ਅੱਜ ਦੇ ਟਾਈਮ ਦੇਖ ਕੇ ਕਿਉਂਕਿ ਆਲਮੋਸਟ 10 ਤੋਂ 12 ਸਾਲ ਹੋ ਗਿਆ ਸਾਨੂੰ ਕੰਮ ਕਰਦੇ ਇੰਡਸਟਰੀ ਦੇ ਵਿੱਚ ਅਤੇ ਜਦੋਂ ਭਰਾ ਗਰੋ ਕਰਦੇ ਆ ਸਾਰੇ ਇਕੱਠੇ ਜਿਹੜੇ ਉਸ ਟਾਈਮ ਸਟਾਰਟ ਕੀਤਾ ਸੀ ਅੱਜ ਵੀ ਜਿਹੜੇ ਦੇਖਦੇ ਆ ਉਹਨਾਂ ਨੂੰ ਸਾਰੇ ਚੰਗਾ ਕੰਮ ਕਰਦੇ ਤਾਂ ਖੁਸ਼ੀ ਹੁੰਦੀ ਹੈ ਗੱਲਾਂ ਮੈਂ ਬਹੁਤ ਮਾਈਕ ਦੇ ਨਹੀਂ ਕੇਅਰ ਕਰਦਾ ਫਿਰ ਸ਼ੁਰੂ ਤਾਂ ਕੀਤੀ ਸੀ ਗੱਲ ਮੈਂ ਤੋਰੀ ਨਹੀਂ ਅੱਗੇ ਫਿਲਮ ਰਹਿਣ ਦੀਆਂ ਗੱਲਾਂ ਹੀ ਕਰ ਲਈਆਂ ਫਿਰ ਬਹੁਤ ਸੋਹਣਾ ਜੀ ਬਹੁਤ ਸੋਹਣਾ ਟ੍ਰੇਲਰ ਆ ਅਤੇ ਖਾਸ ਕਰਕੇ ਇਹਨਾਂ ਦੀ ਜੋੜੀ ਤਰਸੇਮ ਅਤੇ ਵੇਖੇ ਵੀ ਮੇਰੇ ਵੱਲ ਵੇਖੀ ਜਾਂਦੇ ਉਹ ਵੀ ਯਾਰ ਐਦਾਂ ਬੰਦਾ ਝੂਠਾ ਝੂਠਾ ਅਗਲਾ ਮੇਰਾ ਵੀ ਤੂੰ ਬੋਲ ਹੁਣ ਬਹੁਤ ਸੋਹਣਾ ਬਿਲਕੁਲ ਦੇਖਿਆ ਜੀ ਬਹੁਤ ਵਧੀਆ ਲੱਗਿਆ ਜੀ ਸਾਡੀ ਉਦਾਂ ਵੀ ਗੱਲ ਹੁੰਦੀ ਦਿੰਦੀ ਆ ਤੇ ਇਹਨਾਂ ਨੂੰ ਇਹਨਾਂ ਦੋਵਾਂ ਤੇ ਤਾਂ ਮੈਂ ਸਪੈਸ਼ਲ ਪ੍ਰੈਸ਼ਰ ਪਾਇਆ ਮੈਂ ਕਿਹਾ ਤੁਸੀਂ ਆਉਣਾ ਹੀ ਆਉਣਾ ਪ੍ਰਭ ਆਉਂਦਾ ਹੀ ਨਹੀਂ ਆ ਇਹ ਲੁਧਿਆਣੇ ਤੋਂ ਨਹੀਂ ਆਉਂਦਾ ਦੋ ਘੰਟੇ ਦਾ ਰਾਹ ਹੈ ਜੀ ਨਹੀਂ ਮੈਂ ਥੋੜ੍ਹਾ ਹੌਲੀ ਆਉਂਦਾ ਜੀ ਦੋ ਲੱਗ ਜਾਂਦੇ ਨੇ ਆਪਾਂ ਪੰਜਾਬੀ ਮਾਂ ਬੋਲੀ ਲਈ ਪੰਜਾਬੀ ਸਿਨੇਮੇ ਲਈ ਹਮੇਸ਼ਾ ਹੀ ਖੜੇ ਹਾਂ ਔਰ ਇਹ ਭਰਾ ਨੇ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਲਈ ਸਭ ਤੋਂ ਜ਼ਿਆਦਾ ਕੰਮ ਕੀਤਾ ਔਰ ਹਮੇਸ਼ਾ ਹੀ ਜਦੋਂ ਇਹ ਚੰਗਾ ਕੰਮ ਕਰਦੇ ਆ ਤਾਂ ਆਪਾਂ ਤਨ ਮਨ ਧਨ ਤੋਂ ਨਾਲ ਖੜੇ ਹਾਂ ਹਮੇਸ਼ਾ ਹੀ ਟ੍ਰੇਲਰ ਦੇਖ ਕੇ ਜਿੱਦਾਂ ਦੇ ਆਪ ਹੈਗਾ ਉਦਾਂ ਦਾ ਟ੍ਰੇਲਰ ਹੈ ਇਹਦੀ ਬਾਬਾ ਵੀਰ ਜਦੋਂ ਸਟੇਜ ਤੇ ਗੱਲਾਂ ਕਰਦਾ ਸਟੇਜ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਮਤਲਬ ਬੜੀ ਸੱਭਿਆਚਾਰ ਹੁੰਦੀ ਹੈ ਬੜੇ ਮਤਲਬ ਜੋਸ਼ ਵਾਲੀਆਂ ਗੱਲਾਂ ਹੁੰਦੀਆਂ ਤੇ ਜੋ ਟ੍ਰੇਲਰ ਦੇਖਿਆ ਪੂਰਾ ਇੱਕਦਮ ਕਮੇਡੀ ਇਹ ਐਕਚੁਅਲੀ ਇਹਦਾ ਭੰਡਾ ਵਾਲਾ ਕੰਮ ਹੈ ਇਹਦਾ ਹੁਣ ਵੀ ਆਪਾਂ ਆ ਰਹੇ ਸੀਗੇ ਲਿਫਟ ਦੇ ਵਿੱਚ ਹੈ ਨਾ ਇਹਦੇ ਕੰਮ ਸਾਰੇ ਹੋ ਸਾਰੇ ਆ ਜਿਹੜੀ ਤਰੀਫ ਆ ਹਾਂਜੀ ਬਹੁਤ ਜੈਲਸ ਹੋ ਰਿਹਾ ਉਹਨਾਂ ਨੂੰ ਨਹੀਂ ਮੈਂ ਕਹਿੰਦਾ ਚੰਗਾ ਮਿਲ ਗਿਆ ਵਧੀਆ ਗੱਲ ਨਹੀਂ ਭਾਜੀ ਦੁਬਾਰਾ ਲਿਆ ਰਿਹਾ ਇਹਨਾਂ ਨੂੰ ਇਕੱਠੇ ਜਲਦੀ ਨਹੀਂ ਪਰ ਬਾਵੇ ਨਾਲ ਸ਼ੁਕਰ ਇਹਨੂੰ ਕੋਈ ਕੁੜੀ ਮਿਲੀ ਆ ਸਾਡਾ ਕਿ ਸਾਡਾ ਕੰਮ ਮੁੱਕਿਆ ਪਰ ਬਾਵੇ ਨਾਲ ਹਮੇਸ਼ਾ ਤੋਂ ਕੰਮ ਕਰਕੇ ਬੜਾ ਮਜ਼ਾ ਆਉਂਦਾ ਜਿਵੇਂ ਰੇਸ਼ਮ ਵੀਰ ਨੇ ਦੱਸਿਆ ਕਿ ਜਿਵੇਂ ਦਾ ਰੀਅਲ ਲਾਈਫ ਦੇ ਵਿੱਚ ਮਤਲਬ ਜੇ ਤੁਸੀਂ ਫਿਲਮ 'ਚ ਦੇਖ ਲਿਆ ਤਾਂ ਤੁਸੀਂ ਸਮਝ ਲਓ ਤੁਸੀਂ ਬਾਵੇ ਨੂੰ ਮਿਲ ਲਏ ਮਤਲਬ ਇੰਨੀ ਕੁ ਗੱਲ ਆਉਂਦੀ ਹੈ ਇਹਨੂੰ ਇਹਦੇ ਨਾਲ ਤੁਸੀਂ ਬਹਿ ਕੇ ਬੋਰ ਨਹੀਂ ਹੋ ਸਕਦੇ ਮਤਲਬ ਸਾਡੀ ਸਭ ਤੋਂ ਖਾਸ ਗੱਲ ਹੈ ਨਹੀਂ ਹਮੇਸ਼ਾ ਵੀਰੇ ਜਦੋਂ ਮੈਨੂੰ ਲੱਗਦਾ ਮੈਨੂੰ ਯਾਦ ਆ ਕਿ ਜਦੋਂ ਮੈਂ ਇੰਡਸਟਰੀ ਦੇ ਵਿੱਚ ਆਇਆ ਸੀਗਾ ਮੇਰੇ ਦਾਦੀ ਨੇ ਮੈਨੂੰ ਸਪੈਸ਼ਲ ਕਿਹਾ ਸੀ ਕਿ ਵੀ ਤੂੰ ਕੁਛ ਨਾ ਕੁਛ ਤਾਂ ਪੱਗ ਬੰਨ ਕੇ ਜ਼ਰੂਰ ਕਰਨਾ ਗਾਣਾ ਚਾਹੇ ਗਾਣਾ ਕਰ ਜੇ ਮਰਜ਼ੀ ਕਿਉਂਕਿ ਮੇਰੇ ਘਰ ਦੇ ਵਿੱਚ ਮੈਨੂੰ ਪਹਿਲਾਂ ਤੋਂ ਸਕੂਲ ਦੇ ਵਿੱਚ ਹੀ ਪੱਗ ਬੰਨਦੇ ਸੀਗੇ ਬਟ ਹੁਣ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਨਵੇਂ ਮੁੰਡਿਆਂ ਨੂੰ ਇਹ ਇਸ ਕਰਕੇ ਨਹੀਂ ਬਟ ਉਹਨੂੰ ਸ਼ੁਰੂ ਤੋਂ ਬਹੁਤ ਸ਼ੌਕ ਹੋ ਗਿਆ ਪੱਗ ਬੰਨਣ ਦਾ ਪੱਗਾਂ ਦੇ ਸਟਾਈਲ ਡਿਫਰੈਂਟ ਹੋ ਗਏ ਬੰਨਣ ਦੇ ਅਤੇ ਮਤਲਬ ਉਹ ਚੀਜ਼ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਅਤੇ ਉਹਦੇ ਵਿੱਚ ਬਾਵੇ ਉਹਨਾਂ ਦਾ ਬਹੁਤ ਵੱਡਾ ਹੱਥ ਆ ਬਾਵਾ ਹੋ ਗਿਆ ਤਰਸੇਮ ਜੱਸੜ ਦਲਜੀਤ ਭਾਜੀ ਹੋ ਗਏ ਐਮੀ ਵਿਰਕ ਹੋ ਗਿਆ ਸਾਰਿਆਂ ਦਾ ਬਹੁਤ ਵੱਡਾ ਹੱਥ ਆ ਸੋ ਜਦੋਂ ਹੁਣ ਫਿਲਮਾਂ 'ਚ ਨਹੀਂ ਖਾਸ ਕਰਕੇ ਜਦੋਂ ਉਂਝ ਤੁਸੀਂ ਮਾਲ ਜਾਂਦੇ ਹੋ ਕਿਤੇ ਬਾਹਰ ਜਾਂਦੇ ਹੋ ਤੁਹਾਨੂੰ ਪੱਗਾਂ ਦਿਖਦੀਆਂ ਨੇ ਬਹੁਤ ਖੁਸ਼ੀ ਹੁੰਦੀ ਹੈ ਬਸ ਵਧੀਆ ਤੁਸੀਂ ਪਹਿਲਾਂ ਤਾਂ ਫਿਲਮ ਇੰਜੋਏ ਕਰੋ ਉਸ ਤੋਂ ਬਾਅਦ ਆਪਾਂ ਭਾਰੀਆਂ ਭਾਰੀਆਂ ਗੱਲਾਂ ਕਰਾਂਗੇ ਠੀਕ ਹੈ ਹਾਂ ਤੁਸੀਂ ਫਿਲਮ ਇੰਜੋਏ ਕਰੋ ਸਾਰੇ ਕਿੱਦਾਂ ਪਸੀਨੋ ਪਸੀਨੀ ਹੋ ਗਏ ਤੁਸੀਂ ਜਦੋਂ ਸਾਹ ਲਓ ਮੇਰੇ ਵੀਰ ਆਪਾਂ ਫਿਲਮ ਵੇਖਦੇ ਹਾਂ ਉਸ ਤੋਂ ਬਾਅਦ ਕਰਾਂਗੇ ਗੱਲਾਂ ਠੀਕ ਹੈ ਟੇਕ ਕੇਅਰ ਓਕੇ